ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸੁਪਰੀਮ ਕੋਰਟ ਇਹ ਕੇਸ ਗੁਰੂ ਕੀ ਮੋਹਰ ਹੈ। ਇੱਕ ਵਾਰ ਕਲਗੀਆਂ ਵਾਲੇ ਪਾਤਸ਼ਾਹ ਸਣ ਕੇ ਸੀ ਇਸ਼ਨਾਨ ਕਰਕੇ ਤੇ ਫੁੱਲਾਂ ਦੀ ਫੁਲਵਾੜੀ ਵਿੱਚ ਸਜ ਬੈਠੇ ਸਨ, ਕੇਸ ਹਰੇ ਕਰਨ ਦੇ ਸਨ। ਆਪਾਂ ਸੁਕਾਉਣੇ ਕਹਿੰਦੇ, ਵੈਸੇ ਗੁਰਮਤ ਦਾ ਬੋਲਾ ਵੀ ਕੇਸ ਹਰੇ ਕਰਨੇ, ਧੁੱਪ ਲਵਾਉਣੀ, ਕੇਸਾਂ ਨੂੰ ਹਵਾ ਲਵਾਉਣੀ। ਮਹਾਰਾਜ ਕੇਸ ਹਰੇ ਕਰਨੇ ਸਨ ਤੇ ਭਾਈ ਨੰਦ ਲਾਲ ਜੀ ਨੇ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ। ਮਹਾਰਾਜ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ। ਭਾਈ ਨੰਦ ਲਾਲ ਨੇ ਫਿਰ ਅਗਲੇ ਬੰਨੇ ਹੋ ਕੇ ਨਮਸਕਾਰ ਕੀਤੀ। ਮਹਾਰਾਜ ਨੇ ਆਪਣਾ ਚਿਹਰਾ ਤੀਜੇ ਪਾਸੇ ਕਰ ਲਿਆ। ਜਿੱਧਰ ਸਤਿਗੁਰਾਂ ਦਾ ਚਿਹਰਾ ਸੀ ਉਹ ਪਹਾੜ ਵਾਲੀ ਬਾਈ ਸੀ, ਜਿੱਧਰ ਭਾਈ ਨੰਦ ਲਾਲ ਜੀ ਖਲੋਤੇ ਸੀ ਉਹ ਦੱਖਣ ਵਾਲੀ ਬਾਈ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕੇਸਾਂ ਵਿੱਚ ਹੱਥ ਪਾ ਕੇ ਕੇਸ ਤਾਂ ਹਵਾ ਵਿੱਚ ਲੜਾਏ ਨਾ, ਤੇ ਭਾਈ ਨੰਦ ਲਾਲ ਨੇ ਜ਼ੋਰ ਨਾਲ ਜ਼ਮੀਨ ਤੇ ਲੱਤ ਮਾਰੀ। ਜਦੋਂ ਲੱਤ ਮਾਰੀ ਤੇ ਮਹਾਰਾਜ ਨੇ ਚਿਹਰਾ ਆਪਣਾ ਨੰਦ ਲਾਲ ਵੱਲੇ ਕਰ ਲਿਆ। ਉਹ ਨੰਦ ਲਾਲ, ਉਹ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ? ਆਂਦਾ, ਸਤਿਗੁਰੂ ਜੀ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਮੇਰੇ ਤੋਂ ਆਪਣਾ ਮੁਖੜਾ ਕਿਉਂ ਮੋੜਿਆ ਸੀ? ਸਤਿਗੁਰੂ ਕਹਿਣ ਲੱਗੇ, ਉਹ ਅਸੀਂ ਤੇ ਤੇਰਾ ਪਿਆਰ ਵੇਖਣ ਡਏ ਸਾਂ। ਮਹਾਰਾਜ ਪਿਆਰ ਵੇਖਣ ਡਏ ਸੀ ਕਿ ਮਾਰ ਹੀ ਦੇਣ ਲੱਗੇ ਸੀ? ਜੇ ਕਿਤੇ ਦੋ ਮਿੰਟ ਚਿਹਰਾ ਨੰਦ ਲਾਲ ਵੱਲੇ ਨਾ ਕਰਦੇ, ਨੰਦ ਲਾਲ ਨੇ ਤੇ ਇੱਥੇ ਹੀ ਡੇਕੇ ਮਰ ਜਾਣਾ ਸੀ। ਨੰਦ ਲਾਲ, ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ? ਆਂਦਾ, ਮਹਾਰਾਜ ਜੀ ਜਦੋਂ ਤੁਸੀਂ ਆਪਣੇ ਪਵਿੱਤਰ ਕੇਸਾਂ ਵਿੱਚ ਹੱਥ ਪਾ ਕੇ ਕੇਸ ਤਾਂ ਹਵਾ ਵਿੱਚ ਲੜਾਏ ਸੀ ਨਾ, ਮੇਰੇ ਮਨ ਵਿੱਚ ਇਹ ਖਿਆਲ ਆਇਆ, ਓਏ ਨੰਦ ਲਾਲ, ਜੇ ਤੈਨੂੰ ਦੁਨੀਆਂ ਦਾ ਬਾਦਸ਼ਾਹ ਇਹ ਗੱਲ ਕਹੇ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਕੇਸ ਲੈ ਦੇ, ਇਹਦੇ ਬਦਲੇ ਤੈਨੂੰ ਮੈਂ ਰਾਜ, ਮੈਂ ਆਪਣਾ ਤਖਤ ਛੱਡ ਦਿੰਦਾ। ਆਂਦਾ, ਮੈਂ ਉਹਦੇ ਤਖਤ ਨੂੰ ਲੱਤ ਮਾਰ ਕੇ ਆਖਿਆ ਸੀ, ਉਹ ਮੈਂ ਤੇਰੇ ਤਖਤ ਨੂੰ, ਇਹ ਰਾਜ ਨੂੰ ਅੱਗ ਲਾ ਕੇ ਨਹੀਂ ਫੂਕਦਾ, ਇੰਨਾ ਕੇਸ ਮੇਰੇ ਹਜ਼ੂਰ ਦਾ ਸਸਤਾ? ਮਹਾਰਾਜ ਨੇ ਕੁੱਟ ਕੇ ਗੱਲ ਲੱਕੜੀ ਚ ਲੈ ਲਿਆ। ਗੌਰ ਕਰੋ ਸਿੱਖੋ, ਭਾਈ ਨੰਦ ਲਾਲ ਇੱਕ ਹਿੰਦੂ ਧਰਮ ਦਾ ਬੰਦਾ ਸੀ, ਉਹ ਸਾਡਾ ਤੇ ਜਨਮ ਗੁਰੂ ਨਾਨਕ ਦੀ ਸਿੱਖੀ ਦੇ ਘਰ ਵਿੱਚ ਹੋਇਆ, ਅਸੀਂ ਕਿਧਰ ਨੂੰ ਤੁਰ ਪਏ? ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਪਣੇ ਪੁੱਤ ਵਾਰ ਕੇ ਸਾਨੂੰ ਆਪਣੇ ਪੁੱਤ ਬਣਾਇਆ ਸੀ। ਭਾਈ ਡੱਲਾ ਦਮਦਮਾ ਸਾਹਿਬ ਦੀ ਧਰਤੀ ਤੇ ਸਾਰਾ ਕੁਝ ਸੁਣੀ ਜਾ ਰਿਹਾ ਸੀ, ਉਮੇ ਹਰ ਬੰਦੇ ਦੇ ਅੰਦਰ ਹੈਗੀ ਆ। ਆਂਦਾ, ਮਹਾਰਾਜ ਇੰਨੀਆਂ ਤੁਹਾਨੂੰ ਮੁਸੀਬਤਾਂ ਸਹਿਣੀਆਂ ਪਈਆਂ, ਤੁਹਾਡੇ ਪੁੱਤ ਸ਼ਹੀਦ ਹੋ ਗਏ ਕਿਤੇ ਚਮਕੌਰ ਦੀ ਗੜੀ ਚ, ਮੈਨੂੰ ਯਾਦ ਕਰਦੇ ਮੇਰਾ 500 ਜੰਗੀ ਜਵਾਨ ਸੀ, ਕਿਸੇ ਕੋ ਸੁਣਾ ਕਹਿੰਦੇ ਵੀ ਡੱਲੇ ਨੂੰ ਸੱਦੋ, ਫਿਰ ਵੇਖੋ ਮੈਂ ਦੁਸ਼ਮਣ ਦੇ ਕਿਤਨਾ ਛੱਕੇ ਛਡਾਉਣਾ ਸੀ। ਮਹਾਰਾਜ ਤੁਸੀਂ ਇੱਕ ਰਹੇ ਮੈਨੂੰ ਯਾਦ ਕਰਦੇ, ਇਹ ਜਿਹੜੀ ਮੈਂ ਆ ਨਾ, ਇਹ ਤੇ ਵੱਡੇ ਵੱਡੇ ਮੁਨੀਆਂ ਤੋਂ ਵੀ ਨਹੀਂ ਮਰੀ। ਮਾਨ ਮੁਨੀ ਮੁਨਵਰ ਗੱਲੇ, ਮਾਨ ਸਦੇ ਕੋ ਖਾਏ। ਜਿਹੜਾ ਮਾਨ ਆ ਨਾ, ਇਹ ਬੜਾ ਪ੍ਰਬਲ ਹੈ, ਇਹ ਤੋਂ ਕੋਈ ਬਚ ਸਕਦਾ ਹੈ? ਸਿਆਣੇ ਆਂਦੇ ਵੀ ਜੇ ਕਿਤੇ ਕੰਨਾਂ ਪੈਰ ਚ ਵੱਜੇ ਨਾ, ਮੋਟਾ ਕੰਨਾਂ ਤੇ ਸੂਈ ਲੈ ਕੇ ਕੱਢ ਲਿਆ ਜਾਂਦਾ, ਜੇ ਕਿਤੇ ਵਿੱਚ ਟੁੱਟ ਜੇ ਨਾ, ਫਿਰ ਬੜਾ ਔਖਾ ਹੋ ਜਾਂਦਾ। ਇਹ ਜਿਹੜੀ ਹਉਮੈ ਦੀ ਬਰੀਕ ਤਾਰ ਆ ਨਾ, ਇਹ ਤੇ ਕਈ ਕਈ
ਜਨਮ ਦੇ ਵਿੱਚੋਂ ਨਿਕਲਦੀ, ਇੱਥੇ ਆ ਕੇ ਬੰਦਾ ਰੁਕ ਜਾਂਦਾ। ਮੈਂ ਹੁੰਦਾ ਵਿਆਹ ਕਰਨ ਦਾ, ਮੈਨੂੰ ਕਿਤੇ ਸਾਦੇ ਵਿਆਹ ਕਰਨ ਦਾ। ਪਿੱਛੇ ਕੁਝ ਸਿੱਖ ਬੈਠੇ ਸਨ, ਵਿਚਾਰੇ ਕਮਜ਼ੋਰ ਹੀ ਸਨ। ਧਰਮੀ ਬੰਦੇ ਸਰੀਰ ਕਰਕੇ ਕਈ ਵਾਰ ਬਹੁਤੇ ਤਕੜੇ ਨਹੀਂ ਹੁੰਦੇ, ਵਿਚਾਰੇ ਕਮਜ਼ੋਰ ਹੀ ਸਨ। ਕਈਆਂ ਦੇ ਕੱਪੜੇ ਵੀ ਪਾਟੇ ਹੋਏ ਸੀ, ਕਈਆਂ ਦੀਆਂ ਮਿਆਨਾਂ ਦੇ ਕਿਰਪਾਲ ਤਲਵਾਰਾਂ ਦੇ ਮਿਆਨ ਵੀ ਟੁੱਟੇ ਹੋਏ ਸੀ। ਪਿਆਰ ਸਤਿਗੁਰਾਂ ਦੇ ਭਿੱਜ ਕੇ ਬੈਠੇ ਸਨ, ਤੇ ਗੱਲਾਂ ਥੋੜਾ ਜਿਹਾ ਪਛਾਣ ਨੂੰ ਵੇਖ ਕੇ ਤੇ ਹੱਸ ਪਿਆ। ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਔਰੰਗਜ਼ੇਬ ਨਾਲ, ਪਰ ਤੁਸੀਂ ਆਪਣੀ ਫੌਜ ਦਾ ਧਿਆਨ ਨਹੀਂ ਦਿੱਤਾ ਵੀ ਆਹ ਲੰਘ ਗਏ ਔਰੰਗਜ਼ੇਬ ਨਾਲ। ਮਹਾਰਾਜ ਤੁਸੀਂ ਆਪਣੀ ਫੌਜ ਦਾ ਖਿਆਲ ਨਹੀਂ ਕੀਤਾ। ਸਤਿਗੁਰ ਨੇ ਵੇਖਿਆ ਮੇਰੇ ਸਿੱਖਾਂ ਦੀ ਇਹਨੇ ਤੁਹੀਨ ਕਰਤੀ ਆ। ਇਹ ਗੱਲ ਚੇਤੇ ਰੱਖਿਓ, ਤਵੇਂ ਪਾਸੇ ਪ੍ਰੀਤ ਬਰਾਬਰ ਹੈ। ਗੁਰੂ ਦੀ ਤੁਹੀਨ ਕਦੇ ਸਿੱਖ ਨਹੀਂ ਜੇ ਸਹਾਰਦਾ, ਤੇ ਸਿੱਖ ਦੀ ਤੁਹੀਨ ਕਦੇ ਗੁਰੂ ਨਹੀਂ ਜੇ ਸਹਾਰਦਾ। ਸੱਚ ਹੈ। ਮਹਾਰਾਜ ਨੇ ਵੇਖਿਓ ਇਹਨੇ ਮੇਰੇ ਸਿੱਖਾਂ ਨੂੰ ਮਖੌਲ ਕੀਤਾ, ਅੱਜ ਇਹਨੂੰ ਵਿਖਾ ਕੇ ਘੱਲਣਾ ਵੀ ਸਿੱਖ ਕਹਿੰਦੇ ਕਿਨੂੰ। ਇਹਨਾਂ ਚਿਰ ਨੂੰ ਮਹਾਰਾਜ ਨੇ ਕੌਤਕ ਕਰਤਾ। ਇੱਕ ਸਿੱਖ ਨੇ ਮਹਾਰਾਜ ਨੂੰ ਆ ਕੇ ਰਫਲ ਭੇਟ ਕੀਤੀ। ਸਤਿਗੁਰੂ ਸ਼ਸਤਰਾਂ ਦੇ ਬੜੇ ਸ਼ੌਕੀਨ ਸੀ। ਸੱਚ ਹੈ। ਸ਼ਸਤਰ ਕਿਤੇ ਸਿੱਖ ਵੀ ਹੋਣ ਨਾ, ਤੇ ਮਹਾਰਾਜ ਉਹਤੇ ਵੀ ਬੜਾ ਖੁਸ਼ ਹੁੰਦੇ, ਕਿਉਂਕਿ ਸ਼ਸਤਰਾਂ ਨੇ ਮੇਰੇ ਸਤਿਗੁਰੂ ਪਿਆਰ ਬੜਾ ਕਰਿਆ ਕਰਦੇ ਸੀ। ਇੱਕ ਪੰਗੇ ਤੇ ਸਜਾ ਕੇ ਸਿੰਘਾਂ ਦੇ ਕੋਲ ਚੌਰ ਸਾਹਿਬ ਦੀ ਸੇਵਾ ਕਰਿਆ ਕਰਦੇ ਸੀ ਸ਼ਸਤਰਾਂ ਦੇ। ਮਹਾਰਾਜ ਨੇ ਆਪਣੇ ਇਹਨਾਂ ਨੂੰ ਪੀਰ ਵੀ ਆਖਿਆ। ਅਸ ਕਿਰਪਾਨ ਖੰਡੋ ਖੰਡੋ ਖੜਕ ਤੁਕ ਤਵ ਅਰ ਤੀਰ ਸਹਿਬ ਕਰੋਈ ਸੈਥੀ ਯਹ ਹਮਾਰੇ ਪੀਰ। ਤੀਰ ਤੂੰ ਹੀ ਸੈਥੀ, ਤੂੰ ਹੀ ਤਵਰ ਤਲਵਾਰ, ਨਾਮ ਤਿਹਾਰੋ ਜੋ ਜਪੈ ਭੈ ਸਿੰਘ ਪਉ ਪਾਰ। ਇਹ ਮੋਰ ਆ ਗਿਆ ਸੁਣੋ ਹੈ ਪਿਆਰੇ, ਬਿਨਾ ਕੇ ਸੰਗ ਸ਼ੈਸ਼ਰੰ ਦਿਉ ਨਾ ਨਦਾਰੇ। ਜਦੋਂ ਤੂੰ ਸਾਡੇ ਦਰਸ਼ਨ ਨੂੰ ਆਵੇ ਨਾ, ਤੇਰੇ ਕੋਲ ਕੇਸ ਹੋਣ, ਤੇਰੇ ਕੋਲ ਸ਼ਸਤਰ ਹੋਣ। ਬਿਨਾਂ ਕੇਸੰ ਸ਼ਸਤਰੰ ਨਿਰੰਗ ਭੇਡ ਜਾਨੋ ਕਹੇ ਕਾਨਤਾ ਕੋ ਕਿਤੇ ਲੈ ਸਿਦਾਨੋ। ਸ਼ਸਤਰ ਤੋਂ ਬਿਨਾਂ ਬੰਦਾ ਇੱਕ ਭੇਡ ਦੀ ਨਿਆਈ ਹੈ, ਤੇ ਭੇਡ ਨੂੰ ਕੰਨੋ ਫੜ ਕੇ ਕੋਈ ਜਿੱਧਰ ਨੂੰ ਮਰਜ਼ੀ ਲੈ ਜੇ। ਮਹਾਰਾਜ ਦੇ ਬਚਨ ਆਉਂਦੇ, ਕਿਰਪਾਨ ਪਾਨ ਧਾਰੀਅੰ ਕਰੋੜ ਪਾਪ ਧਾਰੀਅੰ। ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਸਾਹਿਬ ਪਹਿਨਣਗੇ ਨਾ, ਉਹਨਾਂ ਦੇ ਇੱਕ ਨਹੀਂ, ਉਹਨਾਂ ਦੇ ਕਰੋੜਾਂ ਪਾਪ ਟਲ ਜਾਣਗੇ, ਕਰੋੜਾਂ ਪਾਪ। ਤੇ ਹੁਣ ਸਾਨੂੰ ਕਿਰਪਾਨ ਦੀ ਲੋੜ ਕਿਦਣ ਪੈਂਦੀ ਆ? ਜਿੱਦਣ ਮੁੰਡੇ ਨੇ ਸਿਹਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ, ਤੇ ਫਿਰ ਵੇਹਦੇ ਕੋਈ ਜੰਗਾਲੀ ਜੰਗੂਲੀ ਕਿਸੇ ਨੁਕਰੇ ਪਈ ਕਿ ਨਹੀਂ ਪਈ। ਮੈਂ ਵੇਖਿਆ ਸਾਨੂੰ ਮਹਾਰਾਜ ਨੇ ਗੱਡੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਦਿੱਤੀਆਂ। ਅਸੀਂ 15-15 20-20 30-30 ਲੱਖ ਦੀਆਂ ਗੱਡੀਆਂ ਤੇ ਸੈਰ ਕਰਦੇ ਹਾਂ। ਕੋਈ ਰਹਿਤਵਾਨ ਗੁਰੂ ਕਾ ਸਿੱਖ ਹੋਏਗਾ ਜਿਹਦੀ ਗੱਡੀ ਵਿੱਚ ਸਾਹਿਬਾਂ ਦੀ ਸ੍ਰੀ ਸਾਹਿਬ ਜਾਂ ਕੋਈ ਅਗਨ ਸ਼ਸਤਰ ਹੋਏਗਾ। ਕਿਤੇ ਮੈਂ ਵੇਖਿਆ ਪਿੱਛੇ ਭਾਲੂ ਰੱਖਿਆ ਹੁੰਦਾ ਤੇ ਅੱਗੇ ਬਾਂਦਰ ਟੰਗਿਆ ਹੁੰਦਾ। ਉਤਲਾ ਕਹਾਉਣੇ ਅਸੀਂ ਆਪਣੇ ਆਪ ਨੂੰ ਖਾਲਸੇ ਗੁਰੂ ਕੇ ਸਿੱਖੋ। ਮੈਂ ਅੰਮ੍ਰਿਤ ਸੰਚਾਰ ਹੁੰਦਾ ਵੇਖਿਆ ਕਈ ਵਾਰਾਂ, ਭੈਣਾਂ ਉਹਨਾਂ ਦੁਕਾਨਾਂ ਵਾਲਿਆਂ ਨਾਲ ਕਿਰਪਾਨਾਂ ਵਾਲਿਆਂ ਨਾਲ ਲੜਦੀਆਂ ਵੇਖੀਆਂ। 60 ਰੁਪਈਆਂ ਦੀ ਕਿਰਪਾਨ, 100 ਦਾ ਕੀ ਥੱਲਿਓ ਦੇ ਪਾਉਣੀ, ਥੋੜੀ ਜਿਹੀ ਦੇ ਦਿਓ। ਜੇ ਸੂਟ ਲੈਣਾ ਹੋਵੇ 5,000 ਦਾ, 15,000 ਦਾ, 20-20,000 ਨੂੰ ਉੱਪਰ ਜਾਂਦੇ ਹਨ। ਤੇ ਜੇ ਸ੍ਰੀ ਸਾਹਿਬ ਲੈਣ ਤੇ ਸਭ ਤੋਂ ਛੋਟੀ। ਆ ਮੈਂ ਨੌਜਵਾਨਾਂ ਨੂੰ ਵੇਖਿਆ, ਪਹਿਲੇ ਟੱਚ ਤੋਂ ਬਿਨਾਂ ਗੱਲ ਨਹੀਂ ਕਰਦੇ।
ਤੇ ਸ੍ਰੀ ਸਾਹਿਬਾਂ ਨੂੰ ਵੇਖੋ ਕਿੰਨੀਆਂ ਕਿੰਨੀਆਂ, ਗੁਰੂ ਕਿਰਪਾ ਕਰੇ ਨਹੀਂ ਸਾਨੂੰ ਮਨ ਨੇ ਸ਼ਸਤਰਧਾਰੀ ਬਣਾਇਆ। ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਪਹਿਰੇ ਜਿਸ ਬਿਗੜੇ ਕਾਜ, ਉਹਨਾਂ ਦੇ ਕਾਜ ਲਗਣਗੇ ਜਿਹੜੇ ਕੋਲ ਸ਼ਸਤਰ ਨਹੀਂ ਰੱਖਣਗੇ। ਵਾਹ ਵਾਹ। ਤੋ ਮਨ ਨੇ ਸ਼ਸਤਰ ਭੇਟ ਕੀਤਾ, ਸਿੱਖ ਨੇ ਬੰਦੂਕ ਭੇਟ ਕੀਤੀ। ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਚਲਾ ਕੇ ਵੇਖ ਲਈਏ। ਕਹਿੰਦਾ ਮਹਾਰਾਜ ਚਲਾਓ। ਸਤਿਗੁਰੂ ਕਹਿਣ ਲੱਗੇ ਵੀ ਸ਼ਸਤਰ ਨੂੰ ਪਰਖ ਲੈਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਉਹ ਡੱਲਿਆ, ਤੂੰ ਬੜਾ ਬਹਾਦਰ, ਤੇਰੇ ਜਵਾਨ ਬੜੇ ਬਹਾਦਰ, ਇੱਕ ਆਪਣਾ ਜਵਾਨ ਲਿਆ ਕੇ ਖੜਾ ਕਰ, ਅਸੀਂ ਗੋਲੀ ਮਾਰ ਕੇ ਵੇਖਣੀ ਵੀ ਬੰਦਾ ਮਾਰਦੀ ਕਿ ਨਹੀਂ ਮਾਰਦੀ। ਪਹਿਲਾਂ ਵੇਖ ਕੇ ਘਾਬਰ ਗਿਆ ਡੱਲੇ ਨੇ, ਪਹਿਲੀ ਵਾਰ ਸੁਣਿਆ। ਗੁਰੂ ਕੇ ਸਿੱਖੋ, ਗੁਰੂ ਪਰਚਾ ਉਹ ਪਾਉਂਦਾ ਜਿਹੜਾ ਕਦੇ ਸਿੱਖ ਨੇ ਵੇਖੇ ਨੂੰ, ਉਹਦੇ ਵਿੱਚੋਂ ਫਿਰ ਲੰਘਣਾ ਹੁੰਦਾ। ਡੱਲੇ ਨੇ ਪਹਿਲੀ ਵਾਰ ਵੇਖਿਆ, ਕੰਮ ਗਿਆ ਦਾ ਮਹਾਰਾਜ ਬੰਦਾ ਕਾਹਦੇ ਵਾਸਤੇ, ਸਤਿਗੁਰੂ ਕਹਿਣ ਲੱਗੇ ਬੰਦਾ ਚਾਹੀਦਾ ਮਹਾਰਾਜ ਬੰਦਾ ਕਾਹਦੇ, ਉਹਨੂੰ ਬਾਅਦ ਕਾਹਦੇ ਵਾਸਤੇ ਗੋਲੀ ਮਾਰਨੀ ਹੈ। ਸਤਿਗੁਰੂ ਕਹਿਣ ਲੱਗੇ ਫਿਰ ਪਤਾ ਕਰਨ ਲੱਗੂਗਾ, ਕਿਤੇ ਬੰਦੂਕਾਂ ਕਿਤੇ ਗਾਜਾਂ ਚੀਨ ਵਾਸਤੇ ਹੁੰਦੀਆਂ, ਬੰਦੇ ਮਾਰਨ ਵਾਸਤੇ ਹੁੰਦੀਆਂ, ਸ਼ਿਕਾਰ ਕਰੀਦਾ ਇਹਨਾਂ। ਜੇ ਅੱਜ ਨਾ ਮਾਰਿਆ ਤੇ ਕੱਲ ਨੂੰ ਜੰਗ ਚ ਕਿਸ ਤਰ੍ਹਾਂ ਮਾਰੇਗੀ। ਅੱਲਾਹ ਦਾ ਮਹਾਰਾਜ, ਕੋਈ ਪੀਪਾ ਖੜਾ ਕਰ ਦਿੰਦੇ ਆ। ਸਤਿਗੁਰੂ ਕਹਿਣ ਲੱਗੇ ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ, ਜਿਉਂਦਾ ਬੰਦਾ ਸਾਨੂੰ ਚਾਹੀਦਾ, ਸਾਡੀਆਂ ਆਦਤਾਂ ਹੋਰ ਆ। ਅੱਲਾਹ ਕੰਮ ਗਿਆ ਦਾ ਮਹਾਰਾਜ, ਮੈਂ ਕਰਦਾ ਪਤਾ। ਸਿੱਖੋ ਕਿਤੇ ਗੁਰੂ ਦਾ ਸਾਹਮਣਾ ਕਰਨਾ ਸੌਖਾ। ਆ ਕੱਚੇ ਝੱਲੇ ਪ੍ਰਚਾਰ ਕਈ ਗੁਰੂ ਦੀ ਬਾਣੀ ਨੂੰ ਚੈਲੰਜ ਕਰਦੇ ਆ। ਡੱਲੇ ਨੂੰ ਪੁੱਛ ਕੇ ਵੇਖ ਲਓ ਵੀ ਗੁਰੂ ਦੇ ਗਾਣੀ ਕਿਤਨਾ ਖਲੋਈ ਦੋ। ਅਜੇ ਤੇ ਮਹਾਰਾਜ ਤਰਸ ਕਰਦੇ ਵੀ ਇਹ ਕੱਚੇ ਝੱਲੇ ਆਪਣੀ ਜ਼ਿੰਦਗੀ ਇਹ ਪਾਸ ਹੀ ਕਰ ਲੈਣ ਚੰਗਾ, ਜੇ ਕਿਤੇ ਨਿਸ਼ਾਨੇ ਪਰਖ ਤੇ ਆ ਗਏ ਨਾ, ਤੇ ਅੱਗੇ ਨੇ ਕਿਸੇ ਨੇ ਰੁਕਣਾ ਨਹੀਂ। ਚੱਲਾ ਗਿਆ ਆਪਣੇ ਜਵਾਨਾਂ ਨੂੰ ਕਹਿਣ ਲੱਗਾ, ਉਹ ਮੈਂ ਤੁਹਾਨੂੰ ਵੱਡੀਆਂ ਵੱਡੀਆਂ ਤਨਖਾਹਾਂ ਦਿੰਦਾ ਰਿਹਾ, ਤੁਸੀਂ ਮੇਰੀ ਨੌਕਰੀ ਕਰਦੇ ਰਹੇ, ਇੱਕ ਬੰਦਾ ਚਾਹੀਦਾ। ਮੈਂ ਆਖਿਆ ਕਾਹਦੇ ਵਾਸਤੇ? ਕਹਿੰਦਾ ਮਹਾਰਾਜ ਨੂੰ ਕਿਸੇ ਨੇ ਰਫਲ ਭੇਟ ਕੀਤੀ ਤੇ ਮੈਂ ਨਿਸ਼ਾਨਾ ਮਾਰ ਕੇ ਵੇਖਣਾ ਵੀ ਬੰਦੂਕ ਬੰਦਾ ਮਾਰਦੀ ਕਿ ਨਹੀਂ ਮਾਰਦਾ। ਉਹਨਾਂ ਆਖਿਆ ਉਹ ਤੇਰਾ ਦਿਮਾਗ ਤਾਂ ਨਹੀਂ ਲੱਗਿਆ ਕਿ ਬੰਦਾ ਗੋਲੀ ਤੇ ਖਾੜੀ ਖਾੜੀ ਖਿਲਾਰ ਕੇ ਮਾਰਨਾ ਉਹਨੂੰ, ਉਹ ਜੰਗ ਵਿੱਚ ਲੜ ਕੇ ਮਰਨਾ ਕੋਈ ਹੋਰ, ਮੈਂ ਨਾ ਰੱਖਦਾ ਇਸ ਤਰ੍ਹਾਂ ਬੰਦੂਕ ਤੇ ਗਾੜੀ ਖਲੋ ਜਾਣਾ, ਇਹੋ ਜਿਹੀ ਨਿਆਈ ਮਿਲਦੇ ਅਸੀਂ ਨਹੀਂ ਮਰਨਾ ਆ ਪਈ ਤੇਰੀ ਨੌਕਰੀ। ਇਹ ਤੇ ਤਨਖਾਹਾਂ ਲੈਣੀਆਂ ਦੁਨਿਆਵੀ ਰੀਤਾਂ ਸਿੱਖੋ, ਇਹ ਨੌਕਰੀ ਤੇ ਸਿਰ ਦੇ ਕੇ ਮਿਲਦੀ ਆ। ਇਕੱਲਾ ਤੁਰਿਆ ਰਿਹਾ ਖਾਲੀ ਹੱਥ ਨਿੰਮੋ ਝੂਣਾ। ਸਤਿਗੁਰੂ ਕਹਿਣ ਲੱਗੇ ਡੱਲਿਆ, ਸਾਡੀ ਕਿਤੇ ਬੰਦੂਕ ਠੰਡੀ ਨਾ ਹੋ ਜਾਏ, ਇਸ ਤੋਂ ਪਹਿਲਾਂ ਕਿਸੇ ਨੂੰ ਖੜਿਆ ਕਰ ਦੇ। ਆਂਦਾ ਮਹਾਰਾਜ ਉਹ ਤੇ ਸਾਰੇ ਮੁਕਰ ਗਏ। ਮਹਾਰਾਜ ਕਹਿਣ ਲੱਗੇ ਤੂੰ ਤੇ ਆਨਾ ਸਾ ਚਮਕੌਰ ਦੀ ਗੜੀ ਚ ਮੈਨੂੰ ਯਾਦ ਕਰ ਦੇ ਤੇ ਮੈਂ ਕੋਈ ਕਰਨਾ ਹੋਇਆ ਤੇਰੇ ਬੰਦੇ। ਮਹਾਰਾਜ ਕੀ ਕਹਿਣਾ, ਸਾਰੇ ਮੁਕਰ ਗਏ। ਸਤਿਗੁਰੂ ਕਹਿਣ ਲੱਗੇ ਉਹ ਮੁਕਰ ਗਿਆ, ਤੂੰ ਤੇ ਨਾ ਮੁਕਰਿਆ, ਗੋਲੀ ਜਿਹੜੀ ਆ ਨਾ ਉਹ ਸਿਪਾਹੀ ਤੇ ਸਰਦਾਰ ਚ ਕੋਈ ਫਰਕ ਨਹੀਂ ਸਮਝਦੀ। ਡੱਲਿਆ ਫਿਰ ਤੂੰ ਗਾੜੀ ਖਲੋ ਜਾ। ਡੱਲੇ ਨੇ ਵੇਖਿਆ ਤੇ ਹੱਥ ਪੈਰ ਕੰਬੀ ਜਾ ਰਹੇ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖਲੋਣਾ। ਡੱਲਾ ਖੜ ਗਿਆ, ਉਧਰੋਂ ਧੂੰਆਂ ਨਿਕਲਿਆ ਸੀ, ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਸੀ,
ਧੂੰਆਂ ਨਿਕਲਿਆ ਸੀ, ਡੱਲੇ ਨੇ ਵੇਖਿਆ ਕਿ ਇਹਨੇ ਹੁਣ ਭੱਜਿਆ ਵੀ ਨਹੀਂ ਜਾਣ ਦੇਣਾ, ਇਹ ਖਲੋਤਿਆ ਵੀ ਮਾਰ ਦੇਗਾ। ਇੱਕ ਸਿਆਣਿਆਂ ਦੀ ਕਹਾਵਤ ਆ, ਘੜੀ ਦੀ ਬਸ਼ਰਮੀ ਤੇ ਚੌਂ ਪੈਰਾਂ ਦਾ ਆਰਾਮ। ਕੱਲਾ ਤਗੜਾ ਹੋ ਕੇ ਵੇਰ ਗਿਆ ਆਂਦਾ, ਮਹਾਰਾਜ ਇਸ ਤਰ੍ਹਾਂ ਮੇਰੇ ਕੋਲ ਨਹੀਂ ਜੇ ਮਰਿਆ ਜਾਣਾ, ਮੌਤ ਤੋਂ ਬੜਾ ਡਰ ਲੱਗਦਾ। ਸਤਿਗੁਰੂ ਕਹਿਣ ਲੱਗੇ, ਫਿਰ ਪਿੱਛੇ ਹੋ ਕੇ ਸੋ ਜਾ, ਤੈਨੂੰ ਅਜੇ ਜੋੜੇ ਝਾੜਨ ਦੀ ਲੋੜ ਆ। ਸਿੱਖਾਂ ਨੂੰ ਵੇਖ ਕੇ ਮਖੌਲ ਨਹੀਂ ਕਰੀਦਾ ਹੁੰਦਾ, ਇਹਨੂੰ ਪਤਾ ਨੀ ਇਹਨਾਂ ਪਾਟਿਆਂ ਕੱਪੜਿਆਂ ਵਾਲੇ ਦੇ ਵਿੱਚ ਕੀ ਆ। ਤੇ ਜੇ ਤੂੰ ਵੇਖਣਾ ਨਾ, ਤੇ ਬਾਹਰ ਚਲੇ ਜਾ, ਇੱਕ ਸਿੱਖਾਂ ਦਾ ਛਾਉਣਾ ਹੀ ਜਾ ਕੇ ਕਿਤੇ ਇੱਕ ਸਿੱਖ ਨੂੰ ਵਾਸਤੇ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ, ਤੇ ਉਸ ਤੋਂ ਬਾਅਦ ਤੂੰ ਫਿਰ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਲੇ। ਇਕੱਲਾ ਬਾਹਰ ਗਿਆ ਦੋ ਸਿੱਖ ਭਾਈ ਵੀਰ ਸਿੰਘ ਤੇ ਧੀਰ ਸਿੰਘ, ਪਿਓ ਪੋਤੀ ਸਨ। ਉਹਨਾਂ ਦਾ ਸਥਾਨ ਦਮਦਮਾ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ, ਨਵੇਂ ਦਸਤਾਰਾ ਸਜਾ ਰਹੇ ਸਨ। ਕੱਲੇ ਨੇ ਆਖਿਆ ਵੀ ਮਹਾਰਾਜ ਨੇ ਰਫਲ ਪਰਖਣੀ ਆ ਤੇ ਗੋਲੀ ਮਾਰ ਕੇ ਵੇਖਣੀ, ਤੇ ਇੱਕ ਸਿੰਘ ਨੂੰ ਸਤਿਗੁਰ ਨੇ ਆਪਣੇ ਦਰਬਾਰ ਚ ਬੁਲਾਇਆ। ਅੱਧੀਆਂ ਦਸਤਾਰਾਂ ਵਧੀਆਂ ਸੀ ਤੇ ਅੱਧੀਆਂ ਹੱਥ ਚ ਫੜੀਆਂ ਸੀ। ਸਿੱਧਾ ਦੌੜ ਕੇ ਗੁਰੂ ਮਹਾਰਾਜ ਦੇ ਦਰਬਾਰ ਚ ਆ ਕੇ ਛਾਤੀਆਂ ਤਾਣ ਕੇ ਖਲੋ ਗਏ। ਸਤਿਗੁਰਾਂ ਦੇ ਹੱਥਾਂ ਵਿੱਚ ਰਫਲ ਸੀ, ਪਿਛਲਾ ਸਿੱਖ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰ ਰਿਹਾ, ਪਿਛਲਾ ਫਿਰ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰਨ ਦਾ। ਉਹ ਆਂਦਾ ਪਹਿਲੋਂ ਆਵਾਜ਼ ਮੈਂ ਸੁਣੀ ਸੀ, ਗੋਲੀ ਅੱਗੇ ਮੈਂ ਖਾਉਣਾ। ਜਦੋਂ ਸਤਿਗੁਰ ਨੇ ਝਗੜਦਿਆਂ ਨੂੰ ਵੇਖਿਆ ਤੇ ਥੋੜੀ ਜਿਹੀ ਨਾਲੀ ਸਾਹ ਕਰਕੇ ਤੇ ਘੋੜਾ ਲੱਭਦਾ, ਨਵੇਂ ਖਲੋਤੇ ਆ। ਸਿੱਖੋ, ਜਦੋਂ ਕੋਈ ਸਿੱਖ ਗੁਰੂ ਨਾਲ ਆਪਣਾ ਪਿਆਰ ਨਿਭਾਉਂਦਾ ਨਾ, ਗੁਰੂ ਫਿਰ ਤਖ਼ਤ ਛੱਡ ਕੇ ਸਿੱਖ ਦੇ ਕੋਲ ਫਰਸ਼ ਤੇ ਆ ਜਾਂਦਾ। ਮਹਾਰਾਜ ਨੇ ਦਮਾਂ ਨੂੰ ਗੱਲ ਰੱਖੜੀ ਚ ਲੈ ਲਿਆ, ਦਮਾਂ ਨੇ ਮੋਢਿਆਂ ਦੇ ਨਾਲ ਸਿਰ ਲਾਏ ਹੋਏ ਆ। ਸਤਿਗੁਰੂ ਕਹਿਣ ਲੱਗੇ, ਸਿੱਖੋ ਤੁਸੀਂ ਧੰਨ ਜੀ। ਕਹਿਣ ਲੱਗੇ, ਮਹਾਰਾਜ ਕੋਈ ਗਲਤੀ ਹੋ ਗਈ ਸੀ, ਕਿਤੇ ਗੋਲੀ ਸਿੱਧੀ ਵੱਜ ਜਾਂਦੀ। ਮਹਾਰਾਜ ਕਹਿਣ ਲੱਗੇ, ਨਹੀਂ ਸਿੱਖੋ, ਤੁਸੀਂ ਮੌਤ ਵਿੱਚੋਂ ਲੰਘੇ ਜੇ। ਅੱਲਾ ਵੇਖ ਕੇ ਇਹ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਹੈਰਾਨ ਹੋ ਰਿਹਾ, ਉਹ ਕਿਸ ਮਿੱਟੀ ਤੇ ਬਣੇ ਹੋਏ ਆ ਜਿਨ੍ਹਾਂ ਦੇ ਅੰਦਰ ਜਰਾ ਵੀ ਮੌਤ ਦਾ ਭੈ ਨਹੀਂ। ਇਕੱਲਾ ਸਤਿਗੁਰਾਂ ਦੇ ਚਰਨਾਂ 'ਚ ਢਹਿ ਕੇ ਮਾਫੀਆਂ ਮੰਗਣ ਲੱਗ ਪਿਆ। ਸਤਿਗੁਰੂ ਕਹਿਣ ਲੱਗੇ, ਡਲਿਆ, ਜਿਨ੍ਹਾਂ ਨੂੰ ਤੂੰ ਆਨਾ ਸਾਡੀ ਇਹ ਔਰੰਗਜ਼ੇਬ ਦਾ ਕੀ ਵਿਗਾੜਨਗੇ। ਡਲਿਆ ਇਹੋ ਸੀ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ, ਜਿਨ੍ਹਾਂ ਨੇ ਠੰਡੀਆਂ ਰਾਤਾਂ 'ਚ ਮੇਰਾ ਸਾਥ ਨਹੀਂ ਛੱਡਿਆ। ਗੁਰੂ ਕੇ ਸਿੱਖੋ, ਮੈਂ ਬੇਨਤੀ ਕਰਾਂ, ਦੁਨੀਆਂ ਦੀਆਂ ਚੀਜ਼ਾਂ ਮਨੁੱਖ ਦੀਆਂ ਲੋੜਾਂ ਹਨ, ਪਰ ਅੰਦਰ ਝਾਤ ਮਾਰ ਕੇ ਵੇਖੋ ਕਿ ਇਹਨਾਂ ਲੋੜਾਂ ਨੇ, ਇਹਨਾਂ ਚੀਜ਼ਾਂ ਨੇ ਸਾਡਾ ਸਭ ਕੁਝ ਸਵਾਰਤਾ। ਕੋਈ ਅੰਦਰੋਂ ਧੀਰ ਜਾਇਆ, ਕੋਈ ਸ਼ਾਂਤੀ ਆਈ ਹੈ? ਜੇ ਤੇ ਆਤਮੀ ਆਪਣੀ ਆਤਮਾ ਤੋਂ ਪੁੱਛੋਗੇ ਤੇ ਜਵਾਬ ਮਿਲੇਗਾ ਕਿ ਕੁਝ ਨਹੀਂ ਸੋਰਿਆ, ਕੁਝ ਅਜੇ ਤੱਕ ਜ਼ਿੰਦਗੀ 'ਚ ਪੱਲੇ ਨਹੀਂ ਪਿਆ, ਕੋਈ
ਮਨ ਤੀਰਥ ਕੋਈ ਟਿਕਾ ਨਹੀਂ ਆਇਆ। ਤੇ ਜੇ ਆਪਣੇ ਅਗਿਆਨ ਕੋਲ ਪੁੱਛੋਗੇ ਤੇ ਉੱਥੋਂ ਮਰਜ਼ੀ ਸੁਣ ਲਓ, ਉਹ ਤੁਹਾਨੂੰ ਸੁਣ ਜਾਏਗਾ। ਗੁਰੂ ਕਿਰਪਾ ਕਰੇ, ਬੇਨਤੀ ਕਰਾਂ ਨੌਜਵਾਨੋ, ਜੇ ਸਿੱਖੀ ਨੂੰ ਤੁਸੀਂ ਤਿਲਾਂਜਲੀ ਦੇ ਦਿੱਤੀ ਜੇ, ਵੇਖੋ ਇਸ ਸਿੱਖੀ ਨੂੰ ਛੱਡ ਕੇ ਕੋਈ ਸਾਨੂੰ ਸੁੱਖ ਮਿਲਿਆ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰਾ ਪਰਿਵਾਰ ਨਿਸ਼ਾਵਰ ਕਰਕੇ ਤੇ ਆ ਸਾਨੂੰ ਸਰਦਾਰੀਆਂ ਦਿੱਤੀਆਂ ਸੀ, ਇਹਨਾਂ ਨੂੰ ਪਾਲਣਾ ਸਾਡਾ ਅਵਲੀਨ ਫਰਜ਼ ਬਣਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਨਾ ਛਕਿਆ, ਉਹ ਨਗੁਰੇ ਆਪਣੇ ਦੀ ਝੂਠ ਲਾ ਕੇ ਤੇ ਅੱਜ ਤੋਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਬਣੋ।